हाँ जी सत श्री अकाल जी सारिआं नूं बोलियो सत श्री अकाल जी सारिआं नूं। पहला जी तुहानूं विखाईए जी बारिश हो रही है बहुत ही वधिया अज सुहावना मौसम होया पिआ वा ते सच्चे पातशाह वाहिगुरु ने बहुत ही वधिया कृपा कीती है कि जिहड़ा इन्नी गर्मी पैण डही सी ते गर्मी दे विच जिहड़ा राहत दा थोड़ा जिहा मौका मिलिआ वा ते इधर साडी मैडम आ मेरी गल सुणो बड़ा चार वधिया लग्गा अज ते वेखो जी साडे विहड़े दे विच पत्ते खिल रहे ने उहनां नाल ही लग जांदे ने चिप जांदे नींदे नाल ही ਨਾਲੇ ਜੀ ਅੱਜ ਜਿਹੜਾ ਵਾ ਕਿ ਮੌਸਮ ਵੀ ਵਧੀਆ ਵਾ ਅਤੇ ਮੀਂਹ ਵੀ ਪੈਣ ਡਿਆ ਵਾ ਹੈ ਨਾ ਅਤੇ ਅਸੀਂ ਸੋਚਣ ਡਿਆ ਕਿ ਅੱਜ ਨਾ ਕੁਝ ਨਾ ਕੁਝ ਬਣਾਈਏ ਕੀ ਬਣਾਈਏ ਅੱਜ ਕੁਝ ਨਾ ਦਿਮਾਗ ਨਹੀਂ ਚੱਲਣ ਡਿਆ ਕੁਝ ਆਈਡੀਆ ਨਹੀਂ ਆਉਣ ਡਿਆ ਸੋਚਿਆ ਤਾਂ ਹੈਗੀ ਇੱਕ ਰੈਸਪੀ ਬਣਾਉਂਦੀ ਪਰ ਉਹਦੇ ਵਿੱਚ ਨਾ ਮਿਹਨਤ ਬਹੁਤ ਆ ਘੱਟੋ ਘੱਟ ਵੀ 1.5-2 ਮਿੰਟ ਲੱਗ ਜਾਣੇ ਆ ਆਪਾਂ ਉਹ ਚੀਜ਼ ਬਣਾਉਣੀ ਜਿਹੜੀ ਸੌਖੀ ਜੀ ਬਣ ਜੇ ਨਾਲ ਤੁਹਾਨੂੰ ਵੀ ਨਹੀਂ ਦੱਸਾਂਗੇ ਨਾ ਕਿ ਆਪਾਂ ਕੀ ਲੱਗਿਆ ਬਣਾਉਣਾ ਦੱਸੋ ਮੈਡਮ ਚੀਜ਼ ਤੁਸੀਂ ਉਹ ਬਣਾਉਣੀ ਹੁੰਦੀ ਜਿਹੜੀ ਮੈਨੂੰ ਨਹੀਂ ਪਸੰਦ ਲੱਗਿਆ ਪਤਾ ਬਹੁਤ ਦਿਮਾਗ ਹੈ ਤੁਹਾਡਾ ਮੈਂ ਲਾਇਆ ਤਾਂ ਹਿਸਾਬ हाँ जी अज लगे जी बना मैगी क्योंकि मैगी जी मैं हाँ जी तो जी मैगी रेसिपी है ना वो सिर्फ मैं ही बनावा जी रेसिपी है ना जी जी मैनू ये चीज़ है कि जी चीज़ मैं पसंद है ना मैं अपने शुद्ध हथ ही बनावा मैं कि हथ चीज़ पसंद नहीं लगती ना दसा की चीज़ वा जी मैं वरायटी बहुत पाँगा वा एक ला लो के आलू गंढे प्याज अदरक मतलब की सारी वैरायटीयां पौनियां तो ये सारे तो पौंदे नहीं है कल्ले ही पौंदे ने है ना तो ये तो पौंदे ही नहीं दस फोन ही बोल दे चुप हो गए जी एक ना ओदे विच ना मैं वैरायटी एक बहुत ही बढ़िया पौना वो जिहड़ी शर्म नूं बिल्कुल नहीं पसंद वो है जी हरी मिर्च ठीक है जी जदों चीज बनाउणी वी है जदों चीज मतलब खाणी वी है ते जदों मुंह दे विच जाके शीश ही नहीं होनी ते ओह चीज दा स्वाद वी है नहीं सही गल है कि नहीं कमेंट करके जरूर दस्सो ये मिर्चा थोड़ा ਇਹ ਤੇ ਬੰਦੇ ਦੇ ਜੀਭ ਸਾੜ ਛੱਡਦੇ ਨਹੀਂ ਨੀਆਂ ਮਰਚਾ ਕੋਈ ਹਿਸਾਬ ਹੀ ਨਹੀਂ ਆ ਹੋਰ ਮੈਨੂੰ ਪਸੰਦ ਆ ਯਾਰ ਇੱਕ ਸੱਚ ਹੋਰ ਹੈ ਜਿਹੜੇ ਨਮਕੀਨ ਚੋਲ ਹੁੰਦੇ ਆ ਨਾ ਨਮਕੀਨ ਚੋਲ ਦੇ ਵਿੱਚ ਮੈਨੂੰ ਆਲੂ ਵੜੀਆਂ ਜਿਹੜੀਆਂ ਹੁੰਦੀਆਂ ਨਾ ਆਪਣਾ ਜਿਹਨੂੰ ਸੋਇਆਬੀਨ ਕਹਿੰਦੇ ਆ ਸੋਇਆਬੀਨ ਜਿਹਨੂੰ ਸੋਇਆਬੀਨ ਕਹਿੰਦੇ ਆ ਉਹ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਜਦੋਂ ਮੈਂ ਮਸਕਟ ਦੇ ਵਿੱਚ ਸੀ ਨਾ ਤੇ ਉਦੋਂ ਮੈਂ ਉੱਥੇ ਜਿਹੜੇ ਸਾਰੇ ਚੀਜ਼ਾਂ ਬਣਾਉਣੇ ਆ ਸਿੱਖੀਆਂ ਮੈਂ ਆਪਣੇ ਖੁਦ ਆਪਣੇ ਹੱਥਾਂ ਦੇ ਨਾਲ ਹੀ ਤੇ ਬਾਕੀ ਮੈਨੂੰ ਇਹ ਹੈ ਕਿ ਮੈਂ ਹੁਣ ਚੀਜ਼ ਨਹੀਂ ਘਰ ਕਦੇ ਇੱਕ ਚੀਜ਼ ਨਹੀਂ ਭਾਂਡਾ ਇੱਧਰ ਚੁੱਕ ਕੇ ਇੱਧਰ ਨਹੀਂ ਕੀਤਾ ਯਾਰ ਬੰਦਾ ਪੁੱਛੇ ਮੰਨ ਲਓ ਕੱਢ ਦੋ ਸਾਰੀਆਂ ਗੱਲ ਦੱਸਾਂ ਕੀ ਆ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਬੰਦਾ ਆਪਣੇ ਬਾਹਰ ਜਾਂਦਾ ਵਾ ਹਨਾ ਫੈਮਿਲੀ ਤੋਂ ਦੂਰ ਹੁਣ ਮੈਂ 1.5 ਸਾਲ ਮਸਕਟ ਦੇ ਵਿੱਚ ਰਹਿ ਗਿਆ ਹਾਂ ਠੀਕ ਆ ਤੇ ਮੈਂ ਹੁਣ ਤਾਂ ਨਹੀਂ ਇੱਥੇ ਘਰ ਕੰਮ ਕਰਦਾ ਤੇ ਘਰ ਆਣ ਕੇ ਤੇ ਕੋਈ ਕੰਮ ਕਰਨ ਦੀ ਲੋੜ ਨਹੀਂ ਯਾਰ ਜੇ ਆਪਣੇ ਘਰ ਹੀ ਆ ਜਾਣਾ ਵਾ ਸੋ ਰਾਈਟ ਹੁਣ ਬਾਹਰ ਜਾ ਕੇ ਤੇ ਕੰਮ ਕਰਨਾ ਹੀ ਪੈਣਾ ਹੈ ਕਿਸੇ ਨੂੰ ਤੋੜ ਕੇ ਮੂੰਹ 'ਚ ਬੁਰਕੀ ਦੇ ਪਾਣੀ ਦੇਣੀ ਉਹ ਤਾਂ ਸਾਰੇ ਕੰਮ ਕਰਨੇ ਪੈਂਦੇ ਆ ਭਾਂਡੇ ਵੀ ਮਾਂਜਣੇ ਪੈਂਦੇ ਨੇ ਸਾਰੇ ਹੀ ਰੋਟੀ ਵੀ ਪਕਾਉਣੀ ਪੈਂਦੀ ਆ ਇੱਥੋਂ ਤੱਕ ਕਿ ਮੈਨੂੰ ਰੋਟੀ ਪਕਾਉਣ ਦੀ ਵੀ ਜਾਚ ਵਾ ਸਾਰੇ ਕੰਮ ਮੈਂ ਸਿੱਖੇ ਆ ਤੇ ਘਰ ਕੀ ਹੁੰਦਾ ਕਰ ਨਹੀਂ ਕਰ ਸਕਦੇ ਯਾਰ ਘਰ ਜੇ ਮੈਂ ਕਰਨਾ ਹੁੰਦਾ ਮੰਨ ਲਓ ਤੇ ਮੈਂ ਤੈਨੂੰ ਕਾਹ ਤੋਂ ਲੈ ਗਿਆ ਇੱਥੇ ਮੈਂ ਤੇਰੇ ਨਾਲ ਵਿਆਹ ਕਿਉਂ ਕਰਾਇਆ ਮੈਨੂੰ ਇਹ ਦੱਸ ਪਹਿਲਾਂ ਤੇ ਵੇਖੋ ਜੀ ਬਾਰਿਸ਼ ਕਿਣ ਮਿਣ ਹੋਣ ਦੀ ਸਵੇਰ ਦੀ ਤੇ ਮਜ਼ਾ ਆ ਰਿਹਾ ਅੱਜ ਬਹੁਤ ਹੀ ਵਧੀਆ ਤੇ ਬਾਕੀ ਹੁਣ ਤੁਹਾਨੂੰ ਬਣਾਉਣੇ ਆ ਮੈਗੀ ਤੇ ਨਾਲੇ ਤੁਹਾਨੂੰ ਮੈਗੀ ਦੀ ਜਿਹੜੀ ਰੈਸਪੀ ਆ ਉਹ ਵੀ ਵਿਖਾਉਣੇ ਆ ਕਿਉਂਕਿ ਮੈਂ ਜਿਹੜੀ ਖੁਦ ਜਿੱਦਾਂ ਮੈਂ ਕਿੱਦਾਂ ਬਣਾਉਣਾ ਵਾ ਠੀਕ ਆ ਸਤਿ ਸ਼੍ਰੀ ਅਕਾਲ ਛੱਡਦੇ लो जी क्या मैगी पर लगे टिक्कियां बनाउण ते नाल नाल तुहानू दसदे वी रहांगे मिर्चां नहीं मैं पाईआं तो मैनूं पता जिहड़ी मेरी चीज़ पसंद है ना उहनूं तूं पाउंदी जिहड़ी चीज़ मैनूं बनाउणी आउंदी मैं तां उही बनावांगी चलाक तूं बड़ी हद्दां मलाया साहब चलाक इधरों मैं चलो तैं किन्ना टाइम लगना शकल थोड़ी खंड पा खंड
लो जी तुहाडे स्वागत वास्ते टिक्कियां लगियां तैयार हो ते आ जाओ जी शगो वाल के शन नहीं कहना शन ते आपणी भुखी है हाँ की भुखी मेरी तो भुख है ये मैं ही कहना वा चलो ਇਹ ਗੈਸ ਤੇ ਪਾਤਾ ਵਾ ਤੇਲ ਤਵੇ ਦੇ ਉੱਪਰ ਤੇ ਹੁਣ ਲੱਗਿਆ ਜੀ ਟਿੱਕੀਆਂ ਬਣਾਉਣ ਥੋੜੀਆਂ ਤਾਂ ਨਹੀਂ ਆ ਬੜੀਆਂ ਨੇ ਦੋ ਮੰਮੀ ਲੈ ਲੇਗੀ 9-10 ਬੜੀਆਂ ਯਾਰ ਤਿੰਨ ਤਿੰਨ ਹਾੜੀਆਂ ਵਾਧੂ ਮੈਂ ਘੱਟੋ ਘੱਟ ਤਿੰਨ ਖਾਣੀਆਂ ਇਹ ਵੇਲੀ ਓਕੇ ਤੁਸੀਂ ਸਾਰੀਆਂ ਖਾ ਲਿਓ ਤੇ ਜਮ ਹੋ ਗਈ ਇਹ ਨੂੰ ਲੱਗ ਚੰਗੀ ਤਰ੍ਹਾਂ ਚਲੋ ਚਲੋ ਇੱਕ ਨਾ ਬਸ ਪਤਾ ਇਦਾਂ ਨਹੀਂ ਇਹ ਤਾਂ ਇਦਾਂ ਨਹੀਂ ਛੱਡਣਾ ਆ ਤੂੰ ਮਾਮ ਵੈਲਫੇਅਰ ਮੈਂ ਦੱਸ ਨਹੀਂ ਨਹੀਂ ਜਾਓ ਤੁਸੀਂ ਇੱਕ ਮਿੰਟ ਕਰ ਦਿਓ ਹਾਂ ਹਾਂ ਲਾਈਕ ਠੀਕ ਹੈ ਵਾਹ ਤੁਹਾਨੂੰ ਸ਼ੁਰੂ ਤੋਂ ਤਾਂ ਨਹੀਂ ਦੱਸਿਆ ਕਿ ਤੁਸੀਂ ਪਹਿਲਾਂ ਹੀ ਵਲੌਗ ਬਣਾਇਆ ਸੀ ਇੱਕ ਤੇ ਉਹ ਵੀਡੀਓ ਸਾਰੇ ਜਣੇ ਵੇਖ ਲਿਓ ਜਿਹਨੂੰ ਨਹੀਂ ਪਤਾ ਚਲੋ ਤਾਂ ਮੋਟਾ ਮੋਟਾ ਫਿਰ ਦੱਸ ਵੀ ਦਿੰਦੇ ਆ ਕਿਆ ਚੋਲ ਵੀ ਗ੍ਰੈਂਡ ਕਿੱਥੇ ਸੀ ਠੀਕ ਆ ਬਾਕੀ ਆ ਤੁਹਾਨੂੰ ਪਤਾ ਵਾ ਪਿਆਜ਼ ਆ ਬਾਕੀ ਤੇ ਚਲੋ ਸਾਰੇ ਹੁਸ਼ਿਆਰ ਨੇ ਅੱਜ ਕੱਲ ਹਰ ਕੋਈ ਇਦਾਂ ਦੇ ਡਿਸ਼ਾਂ ਘਰ ਬਣਾਏ ਹੁੰਦਾ ਤੇ ਬਣਾਉਣੀਆਂ ਵੀ ਚਾਹੀਦੀਆਂ ਬਾਹਰ ਨਾਲੋਂ ਸਗੋਂ ਘਰ ਵਾਲੀਆਂ ਵਧੀਆ ਨੇ ਰੱਖ ਤੇ ਨਾ ਘਰ ਵਾਲੀਆਂ ਵਧੀਆ ਹੁੰਦੀਆਂ ਸਗੋਂ ਆਪਣੇ ਆਪਾਂ ਖੁਦ ਆਪਣੇ ਸਾਹਮਣੇ ਕੰਮ ਕਰਦੇ ਆ ਕਿ ਇਸ ਹਿਸਾਬ ਨਾਲ ਕੀਤਾ ਹਨਾ ਤੇ ਕਿਸੇ ਦਾ ਪਤਾ ਨਹੀਂ ਲੱਗਦਾ ਕਿ ਕਿੱਦਾਂ ਮਤਲਬ ਬਣਾਇਆ ਕਿੱਦਾਂ ਨਹੀਂ ਬਾਕੀ ਮੈਨੂੰ ਹੋਰ ਤੇ ਕੁਝ ਬਣਾਉਣਾ ਨਹੀਂ ਆਉਂਦਾ ਟਿੱਕੀਆਂ ਹੀ ਬਣਾਉਣੀਆਂ ਆਉਂਦੀਆਂ ਨੇ ਤੇ ਉਹੀ ਬਣਾ ਲਈਆਂ ਜਦੋਂ ਚੀ ਕਰੀ ਅੱਜ ਬਾਰਿਸ਼ ਹੋਣਦੀ ਸੀ ਤੇ ਦਿਲ ਕਰਨ ਲਿਆ ਸੀ ਕੁਝ ਖਾਣ ਨੂੰ ਤੇ ਇਹ ਮੈਗੀ ਮੈਗੀ ਕਹਿੰਦੇ ਸੀ ਤੇ ਮੈਗੀ ਨੂੰ ਮੇਰਾ ਬਿਲਕੁਲ ਨਹੀਂ ਚੀ ਕਰਦਾ ਮੈਗੀ ਤੇ ਨਾ ਮੈਂ ਮਤਲਬ ਕਿ ਸਿਰ ਨੂੰ ਚੜ੍ਹਦੀ ਹੈ ਵੇਖ ਕੇ ਵੀ ਤੇ ਚਲੋ ਇਹ ਜਦੋਂ ਚੀ ਕਰਦਾ ਰੋਜ਼ ਬਣਾ ਲੈਂਦੇ ਮੈਗੀ ਮਤਲਬ ਰੋਜ਼ ਨਹੀਂ ਇੱਕ ਦੋ ਦਿਨ ਛੱਡ ਕੇ ਵੀ ਪਰ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੀ ਤੇ ਬਣਾਉਂਦੇ ਬੜੀ ਸਵਾਦ ਆਈ ਹੁਣ ਸਾਹਮਣੇ ਨਹੀਂ ਹੈਗੇ ਮੈਂ ਤਾਂ ਬੋਲਣੀ ਆ ਹਾਂਜੀ ਲਓ ਜੀ ਟਿੱਕੀਆਂ ਸਾਡੀਆਂ ਹੋ ਗਈਆਂ ਵੇ ਬਿਲਕੁਲ ਤਿਆਰ ਪਰ ਤਿਆਰ ਤੇ ਜਿੰਨੀ ਮਿਹਨਤ ਆ ਮੇਰੀ ਘਰ ਵਾਲੀ ਵਿਚਾਰੀ ਸ਼ਾਨ ਦੀ ਮਿਹਨਤ ਆ ਹਨਾ ਪਿੰਗ ਪੰਗ ਕਰਕੇ ਆ ਜੀ ਪਤਾ ਕੀ ਆ ਆ ਥੋੜੀਆਂ ਵੀ ਕਿਉਂ ਟੁੱਟੀਆਂ ਨੇ ਅਰਕਾ ਕਿਉਂਕਿ ਚੋਲ ਘਟ ਪਏ ਸਹੀ ਗੱਲ ਆ ਨਹੀਂ ਉਹ ਤਾਂ ਜੋ ਵੀ ਬਹੁਤ ਵਧੀਆ ਯਾਰ ਨਹੀਂ ਵਧੀਆ ਵਿੱਚ ਇੱਕ ਦੋ ਹੀ ਹੋਈ ਆ ਮੇਰਾ ਤਰ੍ਹਾਂ ਦਸ਼ਨ ਆਪਾਂ YouTube ਵਾਲਾ ਕਰਵਾ ਛੱਡ ਇਹਦੇ ਤੇ ਗਾਣੀ ਭਾਲੀ ਟਿੱਕੀਆਂ ਦੀ ਤੇ ਮਿਹਨਤ ਦਾ ਮੇਨਾ ਥੋੜਾ ਕੋਈ ਹੈ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਹਨਾ ਬਹੁਤ ਸੋਹਣੀ ਯਾਰ ਟਿੱਕੀਆਂ ਨੇ ਕੋਈ ਵੀ ਚੀਜ਼ ਮਿਹਨਤ ਦਾ ਨਹੀਂ ਮੇਨਾ ਬਾਬੂ ਤਾਂ ਸਮਾਂ ਬਚ ਗਿਆ ਨਾ ਕਿ ਇਹ ਬਚਿਆ ਥੋੜਾ ਹੀ ਨਾਲ ਨਹੀਂ ਲੈਣਾ ਇਹ ਤਾਂ ਵੱਖਰਾ ਮਤਾ ਕਿਤੇ ਤਾਂ ਕੀ ਬੜਾ ਸੋਹਣਾ ਹੈ ਕਿਉਂ ਬੇਇੱਜ਼ਤੀ ਕਰਨ ਦੇ ਨੇ ਬੇਇੱਜ਼ਤੀ ਕਰ ਰਹੇ ਹਸਬੰਦ